हेलो जी नमस्ते सत श्री अकाल ट्राई सिटी, आई राजा एलेक्स फ्रॉम देशभक्त रेडियो 107.8 आपकी आवाज एंड आपने ट्यून किया सिटी का सबसे लिट शो ट्राई सिटी स्टार। एंड आज का सीन बड़ा ही रॉक होने वाला है क्योंकि आज मेरे साथ है अभय सिंह द सुपरस्टार द यूथ आइकॉन द किंग ऑफ रोमांस। तो सर सबसे पहले तो आपका स्वागत है मेरे शो पर। सत्या जी, थैंक यू सो मच। पहला था सारे रेडियो देखने वाले 107.8 एफएम देखने वाले सारे श्रोता मेरे वालों प्यार भरी सत श्री अकाल जी। किदा फील कर रहे हो मेरे शो के? बहुत कैंट जी, वधिया कैंट। ओके आ काम लेट हो गया पा, मैं लेट हो गया, थोनू लेट कराया, वेट कराया, माफी। कोई नहीं कोई नहीं। ते तुसी मेनू दसो भी इफ आई एम नॉट रॉन्ग, तुसी 2019 च डेब्यू करता सीगा। हां जी। ते 2023 चलदा पिया, किदा दी जर्नी है ते किदा दा एक्सपीरियंस है तुहाडा? भाई समझण वाले लोग घट है इत्थे, है ना? अपने ਜਿਵੇਂ ਆਪਾਂ ਰੋਜ਼ ਹੀ ਵੇਖਦੇ ਹਾਂ ਜਦੋਂ ਕਿਸੇ ਨੂੰ ਕੁਛ ਹੋ ਜਾਂਦਾ ਹੈ ਤਾਂ ਇਹ ਚੰਗਾ ਸੀ, ਇਹ ਫਲਾਣਾ ਸੀ, ਹੈ ਨਾ? ਸੋ ਮੈਨੂੰ ਲੱਗਦਾ ਲੋਕਾਂ 'ਚੋਂ ਨਾ ਇੱਕ ਹੈਲਪ ਕਰਨ ਵਾਲਾ ਜਾਂ ਕਿਸੇ ਨਾਲ ਖੜਨ ਵਾਲੀਆਂ ਚੀਜ਼ਾਂ ਉਹ ਘੱਟ ਗਈਆਂ, ਹੈ ਨਾ? ਬਿਕੋਜ਼ ਪਹਿਲੀ ਗੱਲ ਤਾਂ ਯੂਥ ਹੀ ਬਹੁਤ ਘੱਟ ਰਹਿ ਗਿਆ ਇੱਥੇ, ਹੈ ਨਾ? ਹਰ ਕੋਈ ਪਲੱਸ ਟੂ ਕੀਤੀ, ਆਇਲਸ ਕੀਤੀ, ਬਾਹਰ ਬਾਹਰ ਬਾਹਰ। ਸੋ ਜਿਹੜਾ ਨਿੱਘਾਪਨ ਸੀ ਨਾ ਪਹਿਲਾਂ ਪਿਆਰ ਦਾ, ਉਹ ਘੱਟ ਗਿਆ ਜੀ, ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘੱਟ ਚੁੱਕਿਆ। ਹਰ ਇੱਕ ਬੰਦੇ ਨੂੰ ਆਪਦੇ ਤੱਕ ਰਹਿ ਗਿਆ, ਆਫੀਸ਼ੀਅਲ ਚੀਜ਼ਾਂ ਜ਼ਿਆਦਾ ਹੋ ਗਈ। ਜੀ ਜੀ, ਆਰਟੀਫਿਸ਼ੀਅਲ ਚੀਜ਼ਾਂ ਆ ਗਈ ਜ਼ਿੰਦਗੀ ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ ਘੱਟ ਹੋ ਗਈ। ਤੇ ਤੁਹਾਨੂੰ ਕਿਵੇਂ ਲੱਗਦਾ ਵੀ ਇੰਡਸਟਰੀ ਦੇ ਵਿੱਚ ਇਹੋ ਜਿਹੀ ਕਿਹੜੀ ਚੀਜ਼ ਹੈ ਵੀ ਜਿਹਦੀ ਕਮੀ ਹੈਗੀ ਤੁਹਾਡੇ ਹਿਸਾਬ ਨਾਲ? ਕਮੀਆਂ ਕਾਫੀ ਹੁੰਦੀਆਂ ਜੀ, ਲਾਈਕ ਚੰਗੀਆਂ ਚੀਜ਼ਾਂ ਵੀ ਨੇ, ਕਮੀਆਂ ਵੀ ਨੇ। ਮੈਨੂੰ ਇਹ ਲੱਗਦਾ ਵੀ ਇੱਥੇ ਕੋਈ ਹੱਥ ਹੁੱਥ ਫੜਨ ਵਾਲਾ ਹੈ ਨਹੀਂ ਕਿਸੇ ਦਾ, ਇਹ ਸਭ ਤੋਂ ਵੱਡੀ ਕਮੀ ਲੱਗਦੀ ਹੈ। ਚਾਹੇ ਕੋਈ ਨਵਾਂ ਆਰਟਿਸਟ ਆ, ਚਾਹੇ ਕਿਸੇ ਦੇ 5 ਗਾਣੇ ਆਏ, ਚਾਹੇ 10 ਆਇਆ, ਮੈਂ ਕਦੇ ਇਹ ਨਹੀਂ ਵੇਖਿਆ ਵੀ ਇੱਕ ਆਰਟਿਸਟ ਪਿੱਛੇ, ਹੈ ਨਾ, ਸਾਰੇ ਕਲਾਕਾਰ ਇਕੱਠੇ ਹੋ ਗਏ ਹੁਣ ਆਵਾਜ਼ ਚੱਕੀ ਹੋਵੇ। ਵੀ ਨਹੀਂ ਯਾਰ, ਇਹ ਚੀਜ਼ ਸਾਡੇ ਭਰਾ ਨਾਲ, ਸਾਡੇ ਹੈ ਨਾ ਕਲਾਕਾਰ ਭਰਾ ਨਾਲ ਗਲਤ ਹੋ ਰਹੀ ਹੈ ਕੱਲ ਨੂੰ, ਕਿਉਂਕਿ ਉਹ ਚੀਜ਼ ਸਾਡੇ ਕਿਸੇ ਵੀ ਆਰਟਿਸਟ ਨਾਲ ਹੋ ਸਕਦੀ ਹੈ। ਲਾਈਕ ਆਪਾਂ ਸਿੱਧੂ ਮੂਸੇਵਾਲੇ ਵੀਰੇ ਦੀ ਗੱਲ ਕਰੀਏ ਜਾਂ ਹੋਰ ਬਹੁਤ ਇਹੋ ਜਿਹੀਆਂ ਚੀਜ਼ਾਂ ਰਹੀਆਂ ਨੇ ਕਿ ਮੈਨੂੰ ਕਦੇ ਦਿਖਿਆ ਨੀਗਾ ਵੀ ਕੋਈ ਹੈ ਨਾ ਖੜਿਆ ਕਿਸੇ ਵੀ। ਤੁਸੀਂ ਕਹਿਣਾ ਚਾਹੁੰਦੇ ਹੋ ਇੱਥੇ ਇੰਡਸਟਰੀ ਦੇ ਵਿੱਚ ਵੀ ਇੱਕ ਆਰਟਿਸਟ ਦੂਜੇ ਆਰਟਿਸਟ ਨੂੰ ਸਪੋਰਟ ਨਹੀਂ ਕਰਦਾ ਵੀ ਮੂੰਹ ਤੇ ਕੁਛ ਹੋਰ ਹੈ? ਜੀ ਜੀ ਜੀ, ਸਭ ਮੂੰਹ ਤੇ ਵੀਰ 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 ਪਿੱਛੋਂ ਵੱਜਦੇ ਆ ਤੀਰ ਤੀਰ ਤੀਰ, ਇਹ ਸਿਸਟਮ ਹੈ। ਤੇ ਉਹਨਾਂ ਦੇ ਲਈ ਤੁਸੀਂ ਦੋਖ ਲੈਣਾ ਹੋ ਜਾਵੇ ਹੋਇਆ ਸੀ ਜਜ਼ਬਾਤੀ, ਲੋਕੀ ਫਾਇਦਾ ਚੱਕ ਜਾਂਦੇ ਨੇ, ਹਾਏ ਸਾਹਾਂ ਤੋਂ ਵੀ ਨੇੜੇ ਹੋ ਕੇ ਪਾਸਾ ਵੱਟ ਜਾਂਦੇ ਨੇ, ਹੋ ਬੜੇ ਧੋਖੇ ਸੈਲੇ, ਹਾਏ ਬੜੇ ਧੋਖੇ ਸੈਲੇ, ਹਾਏ ਬੜੇ ਧੋਖੇ ਸੈਲੇ, ਬਸ ਹੋਰ ਹੁਣ ਸੈਣਾ ਨਹੀਂ ਕੋਈ ਸਾਲਾ, ਕੋਈ ਸਾਲਾ ਦਿਲ ਦੇ ਕਰੀਬ ਆਉਣ ਦੇਣਾ ਨੀ, ਉਹ ਕੋਈ ਸਾਲੀ ਦਿਲ ਦੇ ਕਰੀਬ ਆਉਣ ਦੇਣੀ ਨੀ। ਹਾਏ ਹਾਏ, ਮਤਲਬ ਦਿਲ ਦੇ ਕਰੀਬ ਕੋਈ ਵੀ ਨਹੀਂ ਆਉਣਾ। ਤਾਂ ਤੁਸੀਂ ਵੀਰੇ ਮੈਨੂੰ ਦੱਸੋ ਵੀ ਯੂਥ ਦੇ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵੀ ਜਿਹੜਾ ਯੂਥ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦਾ ਹੈ, ਤੁਹਾਡੇ ਹਿਸਾਬ ਨਾਲ ਕਿਹੜੀ ਚੀਜ਼ਾਂ ਉਹਦੇ 'ਚ? ਪਹਿਲੀ ਚੀਜ਼ ਤਾਂ ਵੀਰੇ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਵੀ ਸਿੱਖ ਕੇ ਵੀ ਆਓ ਜ਼ਰੂਰੀ ਹੈ ਨਾ, ਕੋਈ ਵੀ ਆਪਾਂ ਜ਼ਿੰਦਗੀ 'ਚ ਕੰਮ ਕਰਨਾ ਉਹਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ। ਚਾਹੇ ਕਿਸੇ ਆਰਟਿਸਟ ਦੇ ਨਾਲ ਨਹੀਂ ਤੁਸੀਂ ਰਹਿ ਸਕਦੇ, ਮੌਕਾ ਹਰੇਕ ਨੂੰ ਨਹੀਂ ਮਿਲਦਾ, ਬਟ ਦੇਖੀ ਚੱਲੋ ਇੰਡਸਟਰੀ ਕੀ ਹੈ ਕੀ ਨਹੀਂ, ਚਾਹੇ ਛੋਟੇ ਛੋਟੇ ਕੰਮ ਤੋਂ ਸ਼ੁਰੂ ਕਰ ਲਓ ਵੀ ਤੁਹਾਨੂੰ ਪਤਾ ਹੋਵੇ ਚੀਜ਼ਾਂ ਦਾ ਇੱਥੇ ਹੈ ਕੀ ਨਹੀਂ ਹੈ। ਇੱਕ ਕੁਛ ਚੀਜ਼ਾਂ ਮੈਨੂੰ ਇਹ ਵੀ ਦੇਖਣ ਨੂੰ ਮਿਲਦੇ ਆ ਕਿ ਜਿਹੜੇ ਵੱਡੇ ਹਰੇਕ ਨੂੰ ਲੱਗਦਾ ਹੁੰਦਾ ਵੀ ਉਹ ਫਲਾਣੇ ਦਾ ਵੱਡਾ ਨਾਂ ਹੈ, ਪਤਾ ਨਹੀਂ ਉਹ ਉਹ ਤੋਂ ਹੀ ਕੰਮ ਕਰਾਉਣਾ। ਇੱਥੇ ਵੱਡੇ ਵੱਡੇ ਨਾਂ ਦੀ ਗੱਲ ਹੀ ਨਹੀਂ ਰਹੀ ਹੈਗੀ, ਨਾ ਵੱਡੇ ਲੇਬਲ ਦੀ ਗੱਲ ਰਹੀ ਹੈ। ਤੁਹਾਡਾ ਕੰਟੈਂਟ ਅੱਛਾ, ਤੁਸੀਂ ਲੱਗੇ ਰਹੋ, ਟੈਲੈਂਟ ਮੈਟਰ ਕਰਦਾ। ਹਾਂ, ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਪਰਸੋਂ ਵਾਰੀ ਆ ਹੀ ਜਾਣੀ ਹੈ ਗੱਲ ਬਣਨੀ। ਹਾਂ ਜੀ, ਬਿਲਕੁਲ ਬਿਲਕੁਲ। ਸੋ ਇੱਕ ਗੱਲ ਹੋਰ ਹੈ ਕਿ ਐਡਵਰਟਾਈਜ਼ਮੈਂਟ ਦਾ ਬਹੁਤ ਇੱਥੇ ਹਨੇਰਾ, ਤੋ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋਣਾ ਚਾਹੀਦਾ ਵੀ ਇੱਥੇ ਕੱਪੜੇ ਲਾਉਣ ਨੂੰ ਤਿਆਰ ਬੈਠੇ ਆ ਬਾਈ ਜੀ। ਸੋ ਬਚ ਕੇ ਆਓ, ਸੋਚ ਸਮਝ ਕੇ ਆਓ, ਧਿਆਨ ਨਾਲ ਚੀਜ਼ਾਂ ਕਰੋ, ਹੈ ਨਾ? ਸੋ ਬਸ ਇੰਨਾ ਕੀ ਕਹਿਣਾ ਚਾਹੂੰਗਾ। ਤੇ ਤੁਸੀਂ ਸਾਨੂੰ ਦੱਸਿਆ ਵੀ ਇੰਡਸਟਰੀ ਦੇ ਵਿੱਚ ਕੋਈ ਵੀ ਕਿਸੇ ਦਾ ਹੱਥ ਨਹੀਂ ਫੜਦਾ, ਲੇਕਿਨ ਇਫ ਆਈ ਐਮ ਨੋਟ ਰੋਂਗ ਇੱਕ ਆਰਟਿਸਟ ਨੇ ਜਿਨ੍ਹਾਂ ਨੇ ਤੁਹਾਡਾ ਹੱਥ ਫੜਿਆ ਤੇ ਤੁਹਾਨੂੰ ਅੱਗੇ ਤੱਕ ਲੈ ਕੇ ਮਨ ਕਿਰੇ ਤੋਂ ਲੱਗ ਗਿਆ। ਹਾਂਜੀ, ਮੇਰਾ ਬਹੁਤ ਜ਼ਿਆਦਾ ਭਾਅ ਜੀ ਉਹਨਾਂ ਦਾ ਪਿਆਰ ਹੈ, ਹੈ ਨਾ? ਅੱਜ ਵੀ ਲਾਈਕ ਹੁਣ ਜਦੋਂ ਲੈਂਡ ਕਰੂਜ਼ਰ ਕੀਤਾ, ਗੱਲ ਹੋ ਜਾਂਦੀ ਹੁੰਦੀ ਕਿ ਵੀਰੇ ਗਾਣਾ ਆਇਆ ਜੀ, ਕਿਉਂਕਿ ਮੇਰੇ ਤੋਂ ਵੱਡੇ ਆ ਕਾਫੀ, ਹੈ ਨਾ? ਸੋ ਸੀਨੀਅਰ ਆਰਟਿਸਟ ਨੇ ਤੇ ਅਸੀਂ ਇਕੱਠੇ ਵੀ ਭਰਾ ਵਾਂਗੂ ਬਹੁਤ ਟਾਈਮ ਰਹੇ ਹਾਂ, ਹੈ ਨਾ? ਉਹਨਾਂ ਤੋਂ ਮੈਨੂੰ ਸਿੱਖਣ ਨੂੰ ਬਹੁਤ ਕੁਛ ਮਿਲਿਆ ਵੀਰੇ, ਹੈ ਨਾ? ਸੋ ਨਿਰਮਾਨ ਵੀਰ ਹੋ ਗਏ, ਉਹਨਾਂ ਨਾਲ ਮੈਂ ਕਾਫੀ ਟਾਈਮ ਰਿਹਾ, ਬਹੁਤ ਕੁਛ ਸਿੱਖਣ ਨੂੰ ਮਿਲਦਾ ਰਹਿੰਦਾ, ਹੈ ਨਾ? ਚੀਜ਼ਾਂ ਸੋ ਬਸ ਇੰਨਾ ਕੁ ਚੱਲੀ ਜਾ ਰਿਹਾ ਬਾਕੀ। ਤੇ ਵੀਰੇ ਜਦ ਗੱਲ ਆ ਗਈ ਮਨਕੀਰੇ ਤੋਲਕ ਬਾਈ ਦੀ, ਗੱਲ ਆਈ ਗਈ ਹੈ ਤੇ ਮਨਕੀਰੇ ਤੋਲਕ ਬਾਈ ਨੂੰ ਵੀ ਗੱਡੀਆਂ ਦੇ ਗਾਣੇ, ਗੇੜੀਆਂ ਦੇ ਗਾਣੇ ਬਹੁਤ ਪਸੰਦ ਹੈ, ਤੁਹਾਡਾ ਵੀ ਇੱਕ ਗਾਣਾ ਹੈ ਗੇੜੀ ਦੇ ਨਾਲ ਲੈਂਡ ਕਰੂਜ਼ਰ ਜੀ, ਹੋ ਜਾਵੇ
ਲੱਥਿਆਂ ਚ ਗੱਠਾਂ ਵਾਂਗੂ ਹਿਪ ਹੌਪ ਸੁਣਦੇ ਵੈਰੀ ਸਾਨੂੰ ਸੱਟਣੇ ਲਈ ਡੇਲੀ ਜਾਲ ਬੁਣਦੇ ਉਹ ਗੱਡੀ ਨੋਟਿਸ ਵਿੱਚ ਰਹਿੰਦੀ ਹਾਏ ਜਦਰੋਂ ਵੀ ਲੰਘ ਜਾਵੇ ਮੁੰਡਾ 21 ਸਾਲਾਂ ਦਾ ਨੀ ਅੱਗ ਕੁੜੀਆਂ ਦੇ ਸੀਨੇ ਲਾਵੇ ਚਿੱਟੀ ਲੈਂਡ ਕਰੂਜ਼ਰ ਤੇ ਹਾਏ ਨੀ ਹਾਏ ਹੱਥ ਨਾ ਗਜ਼ੇ ਦੇ ਆਵੇ ਮੁੰਡਾ 21 ਸਾਲਾਂ ਦਾ ਨੀ ਅੱਗ ਕੁੜੀਆਂ ਦੇ ਸੀਨੇ ਲਾਵੇ ਚਿੱਟੀ ਲੈਂਡ ਕਰੂਜ਼ਰ ਤੇ ਹਾਏ ਨੀ ਹਾਏ ਹੱਥ ਨਾ ਗਜ਼ੇ ਦੇ ਆਵੇ ਡਾਰਕਨੈਸ ਹੈ ਸਾਨੂੰ ਬਾਹਰੋਂ ਲੱਗਦੀ ਵੀ ਸ਼ਾਈਨ ਹੈ ਅੰਦਰੋਂ ਡਾਰਕਨੈਸ ਹੈ ਇਫ ਆਈ ਐਮ ਨੋਟ ਰੋਂਗ ਤੇ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਕਿਹੜੀ ਚੀਜ਼ ਤੁਹਾਨੂੰ ਪੋਜ਼ਿਟਿਵ ਰੱਖਦੀ ਹੈ ਵੀ ਤੁਹਾਨੂੰ ਬਾਂਧ ਕੇ ਰੱਖਦੀ ਹੈ ਵੀ ਕੋਈ ਗੱਲ ਨੀ ਸਭ ਵਧੀਆ ਭਾਜੀ ਮੇਰਾ ਆਪਦਾ ਮੈਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਤੁਸੀਂ ਪੱਕੇ ਉਹਨਾਂ ਇਰਾਦੇ ਦੇ ਸਭ ਕੁਛ ਵੀ ਹੈ ਤੁਸੀਂ ਆਪਦੇ ਆਪ ਨੂੰ ਦੇਖੋ ਤੁਸੀਂ ਆਪਦੀ ਲਈ ਵਿਛਾਉਣੀ ਆ ਵੀ ਮੈਂ ਇਹ ਕਰਨਾ ਜ਼ਿੰਦਗੀ ਚ ਸੋ ਫਿਰ ਘਾਟੇ ਵਾਧੇ ਜ਼ਿੰਦਗੀ ਚੱਲੀ ਜਾਂਦਾ ਕੋਈ ਮਾੜਾ ਕਰੀ ਜਾਵੇ ਚੰਗਾ ਚੜੀ ਕਰੀ ਜਾਵੇ ਕੋਈ ਫਰਕ ਨੀ ਪੈਂਦਾ ਹੈਗਾ ਦੇਖੋ ਹੀ ਨਾ ਸਿੱਧਾ ਵੇਖੋ ਆਪਦਾ ਗੋਲ ਦੇਖੋ ਦੈਟਸ ਇਟ ਤੇ ਮਾੜੇ ਦੀ ਗੱਲ ਆਈ ਹੈ ਤੁਹਾਡਾ ਇੰਡਸਟਰੀ ਦੇ ਵਿੱਚ ਕਿਸੇ ਨੇ ਮਾੜਾ ਕੀਤਾ ਤੁਹਾਨੂੰ ਲੱਗਿਆ ਹੋਇਆ ਯਾਰ ਆਹ ਕਲਾਕਾਰ ਨੇ ਜਾਂ ਐਜ਼ ਆਰਟਿਸਟ ਨੇ ਕਿਸੇ ਨੇ ਭਾਜੀ ਮੈਂ ਇੱਕ ਚੀਜ਼ ਡਾਇਰੈਕਟਲੀ ਨਹੀਂ ਇਨਡਾਇਰੈਕਟਲੀ ਹੋਇਆ ਹੋਵੇ ਬਥੇਰੇ ਹੋਏ ਆ ਜੀ ਬਥੇਰੇ ਵਾਧੂ ਕੀ ਦੱਸਾਂ ਮੈਂ ਕੀ ਕਹਿਣਾ ਉਹਨਾਂ ਨੂੰ ਉਹਨਾਂ ਦੇ ਲਈ ਕੁਛ ਉਹਨਾਂ ਨੂੰ ਕਹਿਣਾ ਬਸ ਇਹੀ ਕਰੂੰਗਾ ਵੀਰੇ ਕਹਿਣਾ ਚਾਹੂੰਗਾ ਧੱਕਾ ਨਾ ਕਰੋ ਕਿਸੇ ਨਾਲ ਵੀ ਆਪਾਂ ਪੰਜਾਬੀ ਭਰਾ ਇੱਕ ਦੂਜੇ ਦੇ ਭਰਾ ਹਨਾ ਅਸੀਂ ਕਿਸੇ ਹੋਰ ਮੁਲਕ ਚੋਂ ਨਹੀਂ ਆਏ ਜਾਂ ਤੁਸੀਂ ਕਿਸੇ ਹੋਰ ਮੁਲਕ ਚੋਂ ਨਹੀਂ ਆਏ ਆਪਾਂ ਇੱਕ ਦੂਜੇ ਦੇ ਭਾਈ ਹਾਂ ਪੰਜਾਬੀ ਵੀਰ ਆ ਇੱਕ ਦੂਜੇ ਨੂੰ ਸਪੋਰਟ ਕਰੋ ਹਨਾ ਕੱਪੜੇ ਨਾ ਲਾਓ ਯਾਰ ਕਿਸੇ ਦੇ ਜੇ ਜੇ ਕੰਮ ਕੋਈ 10,000 ਦਾ ਉਹ 10,000 ਦਾ ਕੰਮ ਕਰੋ ਆਪਦੀ ਜਿਹੜੀ ਫੀਸ ਬਣਦੀ ਹੈ ਲਓ ਹਨਾ ਇਹ ਨਹੀਂ ਹੈਗਾ ਵੀ ਤੁਸੀਂ ਕੰਮ ਕਰੋ 2,000 ਰੁਪਏ ਦਾ 8,000 ਰੁਪਇਆ ਜੇਬ ਚ ਪਾ ਲਓ ਹਨਾ ਜੀ ਸੋ ਇਹੀ ਆ ਇਹੀ ਚੀਜ਼ ਆਪਣੇ ਪੰਜਾਬੀ ਪੰਜਾਬੀਅਤ ਨੂੰ ਬਚਾਈ ਰੱਖੂਗੀ ਹਨਾ ਪੰਜਾਬੀਆਂ ਨੂੰ ਗਰੋ ਕਰੂਗੀ ਸੋ ਇਹੀ ਚੀਜ਼ ਆ ਕਿ ਇੱਕ ਦੂਜੇ ਦਾ ਹੱਥ ਫੜ ਕੇ ਚੱਲੋ ਕੋਈ ਬਾਹਲੀ ਲੰਬੀ ਚੌੜੀ ਗੇਮ ਨਹੀਂ ਹੈਗੀ ਐਂਡ ਤੇ ਆਏ ਨਹੀਂ ਪਤਾ ਵੀ 10 ਰੁਪਏ ਮੀਟਰ ਕੱਪੜਾ ਮਿਲਣਾ ਵੀ ਹੈ ਕਿ ਨਹੀਂ ਮਿਲਣਾ ਸੋ ਇਹ ਚੀਜ਼ ਦਾ ਸੱਚੀ ਧਿਆਨ ਰੱਖੋ ਮਜ਼ਾਕ ਨਹੀਂ ਕਰ ਰਿਹਾ ਜ਼ਿੰਦਗੀ 'ਚ ਪਤਾ ਨੀਗਾ ਵੀ ਜਦੋਂ ਜਿਹਦੇ ਆਪਾਂ ਇਸ ਦੁਨੀਆਂ ਤੋਂ ਜਹਾਨ ਛੱਡ ਜਾਣਾ ਤੇ ਵੀ 10 ਰੁਪਏ ਮੀਟਰ ਆਪਣੇ ਤੇ ਕੱਪੜਾ ਚੜ੍ਹਨਾ ਕਿ 20 ਰੁਪਏ ਮੀਟਰ ਸੋ ਆ ਪੈਸਾ ਟਕਾ ਸਭ ਕੁਛ ਇੱਥੇ ਹੀ ਰਹਿ ਜਾਣਾ ਕੁਛ ਨਾਲ ਤੁਸੀਂ ਲੈ ਕੇ ਨਹੀਂ ਜਾਣਾ ਸੋ ਵਧੀਆ ਕੰਮ ਕਰੋ ਪਿਆਰ ਕਰੋ ਯਾਰ ਵਧੀਆ ਤਰੀਕੇ ਬਈ ਇਹ ਨਹੀਂ ਕਹਿੰਦੇ ਵੀ ਕਮਾਉਣਾ ਜ਼ਰੂਰੀ ਹੈ ਦੇਖੋ ਹਰ ਇੱਕ ਬੰਦੇ ਦੇ ਐਕਸਪੈਂਸਿਸ ਹੁੰਦੇ ਆ ਬਟ ਇਹ ਵੀ ਕੱਪੜੇ ਨਾ ਲਾਓ ਓਨਾ ਸਹਿੰਦਾ ਸਹਿੰਦਾ ਰੱਖੋ ਵੀ ਤੁਹਾਨੂੰ ਪਤਾ ਹੁੰਦਾ ਵੀ ਯਾਰ ਇਹ ਬੰਦਾ ਮੈਥੋਂ ਜੇ ਮਿਊਜ਼ਿਕ ਕਰਾਉਣ ਆਇਆ ਮੈਂ 2 ਲੱਖ ਰੁਪਇਆ ਮੰਗ ਲਿਆ ਜੀ ਠੀਕ ਹੈ ਘੰਟੇ ਦਾ ਕੰਮ ਨਹੀਂ 2 ਘੰਟੇ ਦਾ ਕੰਮ ਨਹੀਂ ਠੀਕ ਹੈ ਕ੍ਰੀਏਟੀਵਿਟੀ ਹੈ ਤੁਸੀਂ ਤੁਹਾਨੂੰ ਰੱਬ ਨੇ ਟੈਲੈਂਟ ਦਿੱਤਾ ਤੁਸੀਂ ਉਸ ਚੀਜ਼ ਲਈ ਮਿਹਨਤ ਕੀਤੀ ਆ ਸੋ ਓਨੇ ਪੈਸੇ ਲਓ ਵੀ ਉਹ ਵਿਚਾਰਾ ਡੁੱਬੇ ਨਾ ਕਿਤੇ ਹਨਾ ਦੁਖੀ ਨਾ ਹੋਵੇ ਦੁਖੀ ਉਹਦੀ ਆਤਮਾ ਦੁਖੀ ਨਾ ਹੋਵੇ ਵੀ ਯਾਰ ਮੈਂ 2 ਲੱਖ ਰੁਪਇਆ ਸਿੱਟ ਵੀ ਆਇਆ ਤੇ ਉਹ ਬਾਈ ਨੇ ਸਵਾਦ ਨਹੀਂ ਆਇਆ ਕੰਮ ਕੀਤਾ ਹਨਾ ਕੋਈ ਵੀ ਐਕਸਰਸਾਈਜ਼ ਹੈ ਹਨਾ ਸੋ ਇੰਨਾ ਕੁ ਬਾਈ ਬਣ ਕੇ ਟ੍ਰਾਈਸਿਟੀ ਤੁਸੀਂ ਵੀ ਪੰਜਾਬੀਅਤ ਨੂੰ ਬਰਕਰਾਰ ਰੱਖੋ ਤੇ ਅਭੀ ਵੀਰੇ ਤੁਸੀਂ ਟ੍ਰਾਈਸਿਟੀ ਨੂੰ ਪੂਰੀ ਦੱਸਣਾ ਹੈ ਕੁੜੀਆਂ ਬੇਕਰਾਰ ਹੈ ਵੀ ਤੁਸੀਂ ਇੰਨੇ ਰੋਮਾਂਟਿਕ ਗਾਣੇ ਕਰਦੇ ਹੋ ਇੰਨੀ ਰੋਮਾਂਟਿਕ ਫੀਲਿੰਗ ਆਉਂਦੀ ਕਿਵੇਂ ਆ ਤੁਹਾਨੂੰ ਪਤਾ ਨਹੀਂ ਭਾਈ ਧੋਖੇ ਧੋਖੇ ਵੱਧ ਖਾਦੇ ਹੋਣਗੇ ਤਾਂ ਹੀ ਆ ਜਾਂਦੀਆਂ ਜੀ ਇਹ ਚੀਜ਼ਾਂ ਤੇ ਜਦ ਮੈਂ ਤੁਹਾਡਾ ਪੋਸਟਰ ਪਾਇਆ ਕ੍ਰੀਏਟਿਵ ਪਾਇਆ ਤੇ ਮੈਨੂੰ ਕੁੜੀਆਂ ਦੇ ਬਹੁਤ ਮੈਸੇਜ ਆਏ ਵੀ ਜਦ ਵੀ ਸਾਰਾ ਆਉਣ ਤੇਰੀ ਨੀਡ ਵੇ ਗਾਣਾ ਜ਼ਰੂਰ ਸੁਣੋ ਕੀ ਬਾਤ ਹੈ ਜੀ ਜ਼ਰੂਰ ਭਾਜੀ ਤੂੰ ਤਾਂ ਜੱਟਾ ਸਾਂਭ ਕੇ ਰੱਖਣ ਵਾਲੀ ਚੀਜ਼ ਵੇ ਆਲਵੇਜ਼ ਰਹਿਣੀ ਆ ਜੱਟੀ ਨੂੰ ਤੇਰੀ ਨੀਡ ਵੇ ਮੁੜ ਕੇ ਜਦੋਂ ਤੂੰ ਮੈਨੂੰ ਤੱਕ ਲੈਣਾ ਤੱਕ ਲੈਣਾ ਬਾਏ ਗੋਡ ਕਾਲ ਜਾ ਜਾ ਠਰ ਜਾਂਦਾ ਵੇਖ ਕੇ ਜੱਟੀ ਨੂੰ ਜੱਟਾ ਹੱਸ ਪੈਣਾ ਹੱਸ ਪੈਣਾ ਵੇਨੇ ਵਿੱਚ ਕਮਲੀ ਦਾ ਸਰ ਜਾਂਦਾ ਤੂੰ ਤਾਂ ਜੱਟਾ ਸਾਂਭ ਕੇ ਰੱਖਣ ਵਾਲੀ ਚੀਜ਼ ਵੇ ਕੀ ਬਾਤ ਹੈ ਮਤਲਬ ਹੁਣ ਮੈਨੂੰ ਮੈਸੇਜ ਆਣੇ ਵੇ ਕੁੜੀਆਂ ਖੁਸ਼ ਹੋ ਗਈ ਸਾਰੀ ਟ੍ਰਾਈਸਿਟੀ ਦੀ ਨਾ ਪਿਆਰ ਮੁਹੱਬਤ ਬਣ ਗਿਆ ਤੇ ਤੁਸੀਂ ਵੀਰੇ ਮੈਨੂੰ ਦੱਸੋ ਵੀ ਇੰਡਸਟਰੀ ਦੇ ਵਿੱਚ ਜੀ ਤੁਸੀਂ ਕੰਮ ਕਰਦੇ ਹੋ ਜੀ ਠੀਕ ਹੈ ਤੇ ਜਿਹੜਾ ਨੈਕਸਟ ਸਟੈਪ ਹੁੰਦਾ ਨਾ ਬਹੁਤ ਸਾਰੇ ਆਰਟਿਸਟ ਫਿਲਮਾਂ ਦੇ ਵਿੱਚ ਜਾਂਦੇ ਆ ਤੁਹਾਡਾ ਇੰਟਰਸਟ ਹੈ ਹਾਂਜੀ ਹੈ ਆਫ ਕੋਰਸ ਤੇ ਤੁਹਾਨੂੰ ਕਿੱਦਾਂ ਦੀ ਸਕ੍ਰਿਪਟ ਮਿਲੇ ਜੇ ਤੁਸੀਂ ਹਾਂ ਕਰ ਦੋ ਐਕਸ਼ਨ ਹੀਰੋ ਜਾਂ ਰੋਮਾਂਟਿਕ ਮੈਨੂੰ ਰੀਅਲ ਲਾਈਫ ਸਟੋਰੀਜ਼ ਬਹੁਤ ਚੰਗੀਆਂ ਲੱਗਦੀਆਂ ਬਾਇਓਪਿਕ ਹਾਂਜੀ ਕਿਸੇ ਦੀ ਵੀ ਬਾਇਓਪਿਕ ਲਾ ਲਓ ਜਾਂ ਕੋਈ ਇਹੋ ਜਿਹਾ ਕਰੈਕਟਰ ਹੋਵੇ ਵੀ ਉਹ ਕੋਈ ਅਸਲੀਅਤ ਹੋਵੇ ਕੋਈ ਕਹਾਣੀ ਉਹ ਜੀ ਹੋਵੇ ਵੀ ਅਸਲੀਅਤ ਕੋਈ ਕਰੈਕਟਰ ਆ
रियल स्टोरीज होन थोड़ा वो मेनू बड़िया चंगिया लग गया ना मैं आपदे वधिया वधिया निभा सकना वो चीजां और जीवे रुपिंदर गांधी मूवी हाँ लाइक दैट है ना काफी होर भी आई ने वधिया है ना सो उदा दे कोई भी करैक्टर हो सो ते तुसी तुहाडी सिंगिंग दा सी सुन ले जी ते फिर एक डायलॉग हो जे कादा जी किसी भी फिल्म दा तुहाडा कोई फेवरेट तुसी स्कूल च प्ले कीता होवे कॉलेज च या तुसी किसी मूवी दा तुहानू पसंद आवे एक चुटकी संदूर की कीमत तुम क्या जानो रमेश बाबू हाय 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 मतलब इतने भी सिरा ही लाया हुआ फिर इन्हें पूरा क्या बात है गलबात पूरी एंड कराई हुई है और अब हम जानेंगे अभय सिंह के नेक्स्ट आने वाले प्रोजेक्ट के बारे में जी भाजी तो फिर दसो भी हूं तुहाडे गाने लैंड क्रूजर सुपरहिट चलता पिया वर्ल्ड टूर हो गया जी ते हूं एल्बम आ रही है एल्बम भाजी बहुत छेती एल्बम ते काम चली जा रहा सो गाने बनी जा रहे ते बहुत बहुत जल्दी है ना श्रोतियां दी कचहरी आ जानी है बहुत चंगे चंगे गाने एक अद्धा गाना हो जावे जो गिड़ी गुड़ी रूट ते भी हाय 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 मतलब मुंडिया नु वेख के बनाएगा हां सो है हर तरह दा फ्लेवर पाया हुआ आप देख नहीं हो सो ते जद गल आ जंदी है फिर हर तरह दा फ्लेवर तुसी पाया हुआ मेरा फ्लेवर हुंदा ना जेड़ा भी रोमांटिक मैं रोमांटिक फील वाला बंदा ते कोई ऐसा दा गाना होवे पहला मालिक आपा चलो मिले मैं किते भी ये गाना नहीं गाया सो जरूर मेनू एक बड़ा दिल दे नेड़े लगदा गाना सो मैं दो लाइन ओदियां सुनाऊंगा तक दा चबारे उठ बार खड़के कबरू दा दिल तेरे लई तड़के सुनिया रहा ते मैनू तू मिलदी नी दिन रात किथे बैंदा तेरे प्यार करके जेड़ा जेला तो भी होया डकना जेड़ा जेला तो भी होया डकना लिया जकड़ जंजीर वांगरा तेनू राजा बन यार मिल लू मैनू मिल ले तू हीर वांगरा तेनू राजा बन यार मिल लू मैनू मिल ले तू हीर वांगरा क्या बात है ट्राई सिटी थैंक यू मुझे पता है आप सब लोग मुझे प्यार भेज रहे होंगे कि ईपी रिलीज होने से पहले इतना बढ़िया गाना मैंने आपको सुनवा दिया तो थैंक यू सो मच एंड अब जो एक सबसे जो सीन लिट होने वाला है ना वो सीन लिट कर दो भी ईपी कब तक रिलीज होने वाली है पाजी पूरी कोशिश है कि फेब दे एंड तक या मेरे बर्थडे दे लाके ताके करेंगे फिल्टर अपनी जेब च रख हां हुण तुसी क्विकली आंसर्स देने आ अच्छा जी वे तुसी काम कीता मिक्स सिंह नाल हां जी ठीक है जी जी प्रीत हुंडा नाल जी इन्हां दोवां चो फुकरी केड़ा मारदा सब तो ज्यादा फुकरी बाजी लवे तवे भी नहीं काम है जट सौदा काम सीधा सादा जा सो ओदा ही मिक्स वीर भी मैं जिन्नी बारी भी यही बैठे सो बड़ा सही है ते तुहाडी जिहड़ी ईपी आ रही है ओदे च प्रीत हुंडल मिक्स द किड हां जी द किड जरूर दिखणगे हिमांशी खुराना जेडियां दोनों चो मेनू लेके जाना होया ले जाना सब तो वधिया आंसर लग गया मतलब तुसी रेडी हो मैं तो जिन्हें लेके जाना ले जाओ जी कॉफी पी लांगे बह जांगे उस क्या है इन फ्यूचर अपनी ईपी च एल्बम च या सिंगल ट्रैक च आरजेएक्स नु मौका दोगे लै भाई जी गल है कोई मैं तो आप देखो कट्ठे ही बैठे हूं भी जरूर बाबा मेहर करे जे आप कुछ कट्ठे कर सके जरूर करांगे भाजी जरूर बड़ा चंगा लगे थोनू भी मिलके ओ कैंड हो तुसी बहुत सोहना रैप करदे हो है ना टैलेंटेड हो सब तो वड्डी गल ए है ना सो जरूर भाजी बाकी ये रब हाथ हुंदियां ने चीजां सो जे कुछ होना जरूर होना ही होना फिर कोई रोक नहीं सकदा जी जिवें वीरे ने कहा रब हथ हुंदी है ते जे रब हथ होया आपां नैक्सट एपीसोड च भी वीरे नूं रखांगे अपने नाल ते 14 फरवरी नूं भी मिलांगे बाई दे नाल जरूर मिलांगे पक्का
तब तक के लिए ट्राई सिटी, जैसे कि रेक्स बोलता है, आरजे रेक्स आपको बोलता है, स्प्रेड द लव, मोहब्बत बांटते रहो, प्यार करते रहो एंड सुनते रहो देशभक्त रेडियो 7.8 आपकी आवाज, बिकॉज इट्स टोटली अबाउट यू. थैंक यू.